ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 4 ਫਰਵਰੀ 2022 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 4 ਫਰਵਰੀ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰੇਕ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ Telegram ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਕੁਐਸਚਨ ਨੰਬਰ 1 ਕਿਸ ਰਾਜ ਦੇ ਮੁੱਖ ਯੋਗ ਅਧਿਕਾਰੀ ਨੇ ਚੋਣ ਮਾਸਕੋਟ ਸ਼ੇਰਾ ਦਾ ਪਰਦਾ ਫਾਰਸ਼ ਕੀਤਾ ਹੈ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਪੰਜਾਬ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਮਾਸਕੋਟ ਸ਼ੇਰਾ ਦਾ ਪਰਦਾ ਫਾਰਸ਼ ਕੀਤਾ ਹੈ ਹੁਣ ਪੰਜਾਬ ਦੇ ਚੋਣ ਅਧਿਕਾਰੀ ਨੇ ਕੀਤਾ ਹੈ ਤਾਂ ਪੰਜਾਬ ਦੀ ਕੈਪੀਟਲ ਕੀ ਆ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਚਰਨਜੀਤ ਸਿੰਘ ਚੰਨੀ ਅਤੇ ਇਥੋਂ ਦੇ ਗਵਰਨਰ ਕੌਣ ਨੇ ਬਨਵਾਰੀ ਲਾਲ ਪ੍ਰੋਹਿਤ ਮਲੇਰ ਕੋਟਲਾ 23ਵਾਂ ਜ਼ਿਲ੍ਹਾ ਬਣਿਆ ਪੰਜਾਬ ਦਾ 14 ਮਈ 2021 ਨੂੰ Eid ਵਾਲੇ ਦਿਨ ਸੰਗਰੂਰ ਜ਼ਿਲ੍ਹੇ ਤੋਂ ਵੱਖ ਕਰਕੇ ਮਲੇਰ ਕੋਟਲਾ ਨਵਾਂ ਜ਼ਿਲ੍ਹਾ ਬਣਾਇਆ ਗਿਆ ਪੰਜਾਬ ਦਾ 23ਵਾਂ ਜ਼ਿਲ੍ਹਾ ਠੀਕ ਹੈ ਹਾਂਜੀ ਬਸੇਰਾ ਯੋਜਨਾ ਇਹ ਝੁੱਗੀਆਂ ਛੋਪੜੀਆਂ ਵਾਲਿਆਂ ਲਈ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ ਇਹ ਦਾਖਲਾ ਪੋਰਟ ਇਹ ਸ਼ਿਕਾਇਤ ਦਰਜ ਕਰਨ ਦੇ ਲਈ ਲਾਂਚ ਕੀਤਾ ਗਿਆ ਪੰਜਾਬ ਦੇ ਵਿੱਚ ਸਪੋਰਟਸ ਯੂਨੀਵਰਸਿਟੀ ਬਣ ਰਹੀ ਆ ਪੰਜਾਬ ਦੇ ਪਟਿਆਲਾ ਦੇ ਵਿੱਚ ਰੋਪੜ ਝੀਲ ਆ ਪੰਜਾਬ ਦੇ ਵਿੱਚ ਮੇਰਾ ਘਰ ਮੇਰੀ ਯੋਜਨਾ ਪੰਜਾਬ ਦੇ ਵਿੱਚ ਸ਼ੁਰੂ ਹੋਈ ਸਮਾਰਟ ਰਾਸ਼ਨ ਕਾਰਡ ਯੋਜਨਾ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੁਖਜੀਤ ਮੈਗਾ ਫੂਡ ਪਾਰਕ ਪੰਜਾਬ ਦੇ ਕਪੂਰਥਲਾ ਦੇ ਵਿੱਚ ਬਣ ਰਿਹਾ ਹੈ ਐਡਵੋਕੇਟ ਜਰਨਲ ਏਪੀਐਸ ਦਿਓਲ ਨੇ ਵੀ ਅਸਤੀਫਾ ਦੇ ਦਿੱਤਾ ਸੀ ਠੀਕ ਹੈ ਜਦੋਂ ਪੰਜਾਬ ਦੇ ਕੈਪਟਨ ਸੀ ਅਮਰਿੰਦਰ ਸਿੰਘ ਹਾਂਜੀ ਕੈਪਟਨ ਅਮਰਿੰਦਰ ਸਿੰਘ ਸੀ ਪੰਜਾਬ ਦੇ ਚੀਫ ਮਨਿਸਟਰ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਾਂ ਉਹਨਾਂ ਤੋਂ ਬਾਅਦ ਹੀ ਇਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਠੀਕ ਹੈ ਆਈਏਐਫ ਜਾਨੀ ਕਿ ਇੰਡੀਅਨ 에ਅਰ ਫੋਰਸ ਨੇ ਪਹਿਲੀ S400 ਮਿਜ਼ਾਈਲ ਪ੍ਰਣਾਲੀ ਦਾ ਪਹਿਲਾ ਸਕੁਆਡਨ ਪੰਜਾਬ ਦੇ ਵਿੱਚ ਤਾਇਨਾਤ ਕੀਤਾ ਪੰਜਾਬ ਦੀ ਰਾਜ ਸਰਕਾਰ ਨੇ ਜਗਨਨਾਥ ਰੱਥ ਯਾਤਰਾ ਨੂੰ ਰਾਜ ਉਤਸਵ ਦਾ ਟੈਗ ਦਿੱਤਾ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਿਹੜਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਸਟੀਲ ਉਤਪਾਦਕ ਬਣ ਗਿਆ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਵੀ ਚਾਈਨਾ ਹਾਂਜੀ ਚੀਨ ਦੇਸ਼ ਹੈ ਜਿਹੜਾ ਇਹ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਉਤਪਾਦਕ ਬਣ ਗਿਆ ਹੈ ਤੇ ਸਾਡਾ ਦੇਸ਼ ਭਾਰਤ ਜਾਨੀ ਕਿ ਇੰਡੀਆ ਇਹਦੇ ਵਿੱਚ ਸੈਕਿੰਡ ਨੰਬਰ ਤੇ ਹੈ ਠੀਕ ਹੈ ਦੂਜੇ ਨੰਬਰ ਤੇ ਤੇ ਪਹਿਲੇ ਤੇ ਹੁਣ ਕਿਹੜਾ ਵਾ ਚਾਈਨਾ ਬਣਿਆ ਤਾਂ ਹਾਂਜੀ ਚੀਨ ਦੀ ਕੈਪੀਟਲ ਕੀ ਆ ਚੀਨ ਦੀ ਕੈਪੀਟਲ ਆ ਵਿਜ਼ਿੰਗ ਇਥੋਂ ਦੀ ਕਰੰਸੀ ਹੈ ਰੇਨਮਿਨਬੀ ਇਥੋਂ ਦੇ ਪ੍ਰੈਜ਼ੀਡੈਂਟ ਆ ਜੀ ਜ਼ਿੰਪਿੰਗ ਚੀਨ ਨੇ ਸਾਈਨੋਫਾਰਮ ਵੈਕਸੀਨ ਬਣਾਈ ਸੀ ਮਾਰਸ ਰੋਵਰ ਚੂਰੋਂਗ ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ਤੇ ਉਤਾਰਿਆ ਇਹ ਕਚਰੇ ਦੇ ਉਤਪਾਦਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਟੌਪ ਤੇ ਆ ਚੀਨ ਪਰ ਪਲਾਸਟਿਕ ਕਚਰੇ ਦੇ ਮਾਮਲੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਟੌਪ ਤੇ ਆ ਅਮਰੀਕਾ ਹਾਈ ਸਪੀਡ ਮੈਗਲੇਵ ਦਾ ਸਫਲਤਾਪੂਰਵਕ ਪ੍ਰੀਖਣ ਵੀ ਚੀਨ ਨੇ ਕੀਤਾ ਬੇਡਿਊ ਨਾਵ ਦਾ ਨੇਵੀਗੇਸ਼ਨ ਸਟੇ ਲਾਈਟ ਵੀ ਸਫਲਤਾਪੂਰਵਕ ਚੀਨ ਨੇ ਲਾਂਚ ਕੀਤਾ ਜੋਗ ਜਿੰਪਿੰਗ ਪੁਲਾੜ ਯਾਤਰੀ ਬਣੀ ਆ ਇਹ ਹਾਂਜੀ ਪੁਲਾੜ ਵਿੱਚ ਸੈਰ ਕਰਨ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਬਣੀ ਆ ਪ੍ਰਿਥਵੀ ਪਹਿਲਾ ਪ੍ਰਿਥਵੀ ਉਪਗ੍ਰਹਿ ਗੁਆੰਗ ਗਮੂ ਚੀਨ ਨੇ ਲਾਂਚ ਕੀਤਾ ਚੀਨ ਨੇ ਵੀ ਵਿਦੇਸ਼ੀ ਪਾਠ ਕਰਮ ਨੂੰ ਆਪਣੇ ਸਕੂਲ ਵਿੱਚ ਪੜ੍ਹਾਉਣ ਤੇ ਰੋਕ ਲਗਾ ਦਿੱਤੀ ਯਾਨੀ ਕਿ ਕੋਈ ਵੀ ਵਿਦੇਸ਼ੀ ਪਾਠ ਕਰਮ ਚੀਨ ਦੇ ਸਕੂਲਾਂ ਦੇ ਵਿੱਚ ਨਹੀਂ ਪੜਾਇਆ ਜਾਵੇਗਾ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ ਟੋਟਲ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਹੈ ਚੀਨ ਦੇ ਵਿਗਿਆਨੀਆਂ ਨੇ ਧਰਤੀ ਤੇ ਨਕਲੀ ਚੰਦ ਬਣਾਇਆ ਵਾ ਤੇ ਇਸ ਤੋਂ ਪਹਿਲਾਂ ਉਹ ਨਕਲੀ ਸੂਰਜ ਵੀ ਬਣਾ ਚੁੱਕੇ ਆ ਭਾਰਤ ਅਤੇ ਚੀਨ ਦੇ ਦਰਮਿਆਨ ਦੁਵੱਲਾ ਵਪਾਰ ਆ ਜਿਹੜਾ ਉਹ 125 ਮਿਲੀਅਨ ਡਾਲਰ ਪਾਰ ਕਰ ਗਿਆ ਹੈ 2021 ਦੇ ਵਿੱਚ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਗੈਰ ਇਦਨ ਰਿਟੇਲ ਸਟੋਰ ਹੈਪੀ ਸਾਫ ਕਿਸ ਨੇ ਲਾਂਚ ਕੀਤਾ ਹੈ ਤੇ ਇਸ ਦਾ ਕੋਰਾਈਟ ਆਨਸਰ ਹੈ ਜੀ অপਸ਼ਨ ਨੰਬਰ ਐਚ ਪੀਸੀਐਲ ਐਚ ਪੀਸੀਐਲ ਨੇ ਗੈਰ ਇਦਨ ਰਿਟੇਲ ਸਟੋਰ ਹੈਪੀ ਸ਼ਾਪ ਲਾਂਚ ਕੀਤਾ ਹੈ ਹੁਣ ਐਚ ਪੀਸੀਐਲ ਨੇ ਕੀਤਾ ਹੈ ਹਾਂ ਜੀ ਤਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਦੇਖੋ ਹੈਪੀ ਸ਼ਾਪ ਇਹਦੇ ਵਿੱਚ ਕੀ ਹੋਊਗਾ ਇਸ ਵਿੱਚ ਕੀ ਹੋਵੇਗਾ ਕਿ ਇਦਨ ਤੋਂ ਬਿਨਾ ਜੋ ਵੀ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਹੀ ਮਿਲਣਗੀਆਂ ਤੇ HPCL ਦੀ ਗੱਲ ਕਰ ਰਹੇ ਹਾਂ ਤੇ ਇਸ ਦੀ ਸਥਾਪਨਾ ਕਦੋਂ ਹੋਈ ਸੀ 1974 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਡਾਇਰੈਕਟਰ ਕੌਣ ਨੇ ਐਮ ਕੇ ਸ਼ੁਰਾਨਾ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਚਿੜੀਆ ਘਰ ਹਾਲ ਹੀ ਵਿੱਚ ਕਿੱਥੇ ਬਣਾਇਆ ਜਾਵੇਗਾ ਹਾਂਜੀ ਭਾਰਤ ਦਾ ਪਹਿਲਾ ਚਿੜੀਆ ਘਰ ਮੱਧ ਪ੍ਰਦੇਸ਼ ਦੇ ਜਵਾਲਪੁਰ ਦੇ ਲਮੈਟਾ ਦੇ ਵਿੱਚ ਬਣਾਇਆ ਜਾਵੇਗਾ ਠੀਕ ਹੈ ਉਨੇ ਮੱਧ ਪ੍ਰਦੇਸ਼ ਦੇ ਵਿੱਚ ਬਣਾਇਆ ਜਾਵੇਗਾ ਤਾਂ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਹੈ ਹਾਂਜੀ ਮੱਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਇੱਥੋਂ ਦੇ ਚੀਫ ਮਿਨਿਸਟਰ ਆ ਸ਼ਿਵਰਾਜ ਸਿੰਘ ਚੋਹਾਨ ਤੇ ਇੱਥੋਂ ਦੇ ਗਵਰਨਰ ਆ ਮੰਗੂ ਭਾਈ ਸ਼ੀਪਟੇਲ ਮੱਧ ਪ੍ਰਦੇਸ਼ ਦੇ ਗਲਾ ਮੰਡਲ ਸੈਂਕਚੂਰੀ ਵਿੱਚ ਨਾਈਟ ਸਫਾਰੀ ਸ਼ੁਰੂ ਹੋਈ ਮੱਧ ਪ੍ਰਦੇਸ਼ ਦੇ ਵਿੱਚ ਕਾਣਾ ਨੈਸ਼ਨਲ ਪਾਰਕ ਆ ਬਾਦਵਗੜ ਨੈਸ਼ਨਲ ਪਾਰਕ ਆ ਮਾਧਵ ਨੈਸ਼ਨਲ ਪਾਰਕ ਆ ਸੰਜੇ ਨੈਸ਼ਨਲ ਪਾਰਕ ਆ ਪੰਨਾ ਨੈਸ਼ਨਲ ਪਾਰਕ ਆ ਸਤਪੁਰਾ ਨੈਸ਼ਨਲ ਪਾਰਕ ਆ ਜੀਵਨ ਅਮਰਿਤਯਾ ਇਹ ਕਮਿਊਨਿਟੀ ਨੂੰ ਵਧਾਉਣ ਦੇ ਲਈ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਐਫ ਆਈਆਰ ਰਜਿਸਟ੍ਰੇਸ਼ਨ ਯੋਜਨਾ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ। ਮੱਧ ਪ੍ਰਦੇਸ਼ ਦੇ ਹਵੀਵਗੰਜ ਦੇ ਵਿੱਚ ਪਹਿਲਾ ਰੇਲਵੇ ਕੋਚ ਵਾਸ਼ਿੰਗ ਪਲਾਂਟ ਸਥਾਪਿਤ ਕੀਤਾ ਗਿਆ। ਇੱਕ ਜੀਲਾ ਇੱਕ ਸਿਲਪ ਮੁਹਿੰਮ ਮਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਸੰਕਲਪ ਯੋਜਨਾ ਮਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਈ ਆ ਇਹ ਬਜ਼ੁਰਗਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਕੀਤੀ ਗਈ ਆ ਮੁੱਖ ਮੰਤਰੀ ਰਾਸ਼ਨ ਆਪ ਦੇ ਦੁਬਾਰ ਯੋਜਨਾ ਮਧ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਈ ਲੜਕੀਆਂ ਤੇ ਮਹਿਲਾਵਾਂ ਦੀ ਰੱਖਿਆ ਦੇ ਲਈ ਸਪੈਸ਼ਲ 40 ਦਸਤੇ ਦਾ ਗਠਨ ਵੀ ਮਧ ਪ੍ਰਦੇਸ਼ ਦੇ ਵਿੱਚ ਹੀ ਕੀਤਾ ਗਿਆ ਇਹਨਾਂ ਤੁਸੀਂ ਯਾਦ ਰੱਖਣਾ ਮਧ ਪ੍ਰਦੇਸ਼ ਦੇ ਬਾਰੇ ਨੈਕਸਟ ਕੁਐਸਚਨ ਫੌਜ ਦੀ ਉੱਤਰੀ ਕਮਾਂਡ ਦਾ ਇੰਚਾਰਜ ਕੌਣ ਬਣਿਆ ਹਾਂਜੀ ਫੌਜ ਦੀ ਉੱਤਰੀ ਕਮਾਂਡ ਦਾ ਇੰਚਾਰਜ ਬਣਿਆ ਉਹਪਿੰਦਰਾ ਹਾਂਜੀ ਉਹਪਿੰਦਰ ਦਰੀਵੇਦੀ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਉਪਿੰਦਰਾ ਦਵੀਦ ਦੇਦੀ ਇਹ ਹੁਣ ਫੌਜ ਦੀ ਉੱਤਰੀ ਕਮਾਂਡ ਦੇ ਇੰਚਾਰਜ ਬਣੇ ਆ ਠੀਕ ਹੈ ਲੈਫਟੀਨੇਟ ਜਰਨਲ ਸੀ ਤੇ ਲੈਫਟੀਨੇਟ ਜਰਨਲ ਉਪਿੰਦਰ ਉਪਿੰਦਰ ਦਵੀਅਦੀ ਇਹੀ ਫੌਜ ਦੇ ਉੱਤਰੀ ਕਮਾਂਡ ਦੇ ਇਨਚਾਰਜ ਬਣਿਆ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਕਿਸ ਨੇ ਬ੍ਰਿਟਾਨੀਆ ਦੇ ਐਡੀਸ਼ਨਲ ਡਾਇਰੈਕਟਰ ਦੇ ਆਉਂਦੇ ਤੋਂ ਅਸਤੀਫਾ ਦੇ ਦਿੱਤਾ ਹਾਂ ਜੀ ਉਰਜਿਤ ਪਟੇਲ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਤੁਸੀਂ ਯਾਦ ਰੱਖਣਾ ਠੀਕ ਹੈ ਤੇ ਇਹ ਕੌਣ ਸੀਗੇ ਇਹ ਬ੍ਰਿਟਾਨੀਆ ਦੇ ਐਡੀਸ਼ਨਲ ਡਾਇਰੈਕਟਰ ਸੀ ਤੇ ਇਹਨਾਂ ਨੇ ਆਪਣੇ ਆਉਂਦੇ ਤੋਂ ਹੁਣ ਅਸਤੀਫਾ ਦੇ ਦਿੱਤਾ ਪਰ ਉਸ ਤੋਂ ਪਹਿਲਾਂ ਇਹ ਕੀ ਸੀ ਇਹ RBI ਦੇ RBI ਦੇ ਸਾਬਕਾ ਗਵਰਨਰ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ੁਰਜਿਤ ਪਟੇਲ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਕਿਸ ਦੇਸ਼ ਨੇ ਸਭ ਤੋਂ ਸ਼ਕਤੀਸ਼ਾਲੀ ਹਵਾ ਸੌਂਗ 12 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹਾਂਜੀ ਹਵਾ ਸੌਂਗ 12 ਵੈਲਿਸਟਿਕ ਮਿਜ਼ਾਈਲ ਇਹਦਾ ਨਾਮ ਤੁਸੀਂ ਯਾਦ ਰੱਖਣਾ ਠੀਕ ਹੈ ਹਵਾ ਸੌਂਗ 12 ਬੈਲਿਸਟਿਕ ਮਿਜ਼ਾਈਲ ਇਸ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਨਾਰਥ ਕੋਰੀਆ ਨੇ অপਸ਼ਨ ਨੰਬਰ B ਇਸ ਆ ਰਾਈਟ ਆਨਸਰ ਜਾਨੀ ਕਿ ਉੱਤਰੀ ਕੋਰੀਆ ਹੁਣ ਦੇਖੋ ਹੌਂਗ ਸੌਂਗ 12 ਬੈਲਿਸਟਿਕ ਮਿਜ਼ਾਈਲ ਇਸ ਦੀ ਰੇਂਜ 4500 ਕਿਲੋਮੀਟਰ ਹੋਵੇਗੀ ਠੀਕ ਹੈ ਤੇ 2017 ਦੇ ਬਾਅਦ ਇਹ ਪਹਿਲਾ ਪ੍ਰਮਾਣੂ ਪ੍ਰੀਖਣ ਆ ਜਿਹੜਾ ਕਿ ਉੱਤਰੀ ਕੋਰੀਆ ਨੇ ਲਾਂਚ ਕੀਤਾ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਉੱਤਰੀ ਕੋਰੀਆ ਦੀ ਤਾਂ ਉੱਤਰੀ ਕੋਰੀਆ ਦੀ ਕੈਪੀਟਲ ਕੀ ਹੈ ਜਾਨੀ ਕਿ ਨਾਰਥ ਕੋਰੀਆ ਦੀ ਗੱਲ ਕਰ ਰਹੇ ਹਾਂ ਪਿਯੋਂਗਯਾਂਗ ਇਥੋਂ ਦੀ ਕ੍ਰਾਂਸੀ ਕੀ ਆ ਮੈਂ ਤੁਹਾਨੂੰ ਇਹ ਕੈਪੀਟਲ ਦੀ ਸਪੈਲਿੰਗ ਲਿਖ ਦਿੰਨੀ ਆ ਪੀ ਵਾਈਓ ਐਨ ਜੀ ਵਾਈ ਏ ਐਨ ਜੀ ਠੀਕ ਹੈ ਹਾਂਜੀ ਇਥੋਂ ਦੀ ਕ੍ਰਾਂਸੀ ਕੀ ਆ ਨਾਰਥ ਕੋਰੀਅਨ ਬੋਰਨ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਅਸੀਂ ਕਰਦੇ ਹਾਂ ਕੁਐਸਚਨ ਕਿਸ ਬੈਂਕ ਨੇ ਸੂਰਜੀ ਪ੍ਰੋਜੈਕਟਾਂ ਨੂੰ ਵਿੱਤ ਦੇਣ ਲਈ ਟਾਟਾ ਪਾਵਰ ਨਾਲ ਸਮਝੌਤਾ ਕੀਤਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਐਸਬੀਆਈ ਐਸਬੀਆਈ ਨੇ ਸੂਰਜੀ ਪ੍ਰੋਜੈਕਟਾਂ ਨੂੰ ਬਿੱਤ ਦੇਣ ਦੇ ਲਈ ਟਾਟਾ ਪਾਵਰ ਦੇ ਨਾਲ ਸਮਝੌਤਾ ਕੀਤਾ ਹੁਣ ਅਸੀਂ ਗੱਲ ਕਰ ਰਹੇ ਹਾਂ ਐਸਬੀਆਈ ਦੀ ਤਾਂ ਐਸਬੀਆਈ ਦੀ ਫੁੱਲ ਫਾਰਮ ਕੀ ਹੈ ਪਹਿਲਾਂ ਤਾਂ ਇਹ ਦੱਸੋ ਸਟੇਟ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ ਕਦੋਂ ਹੋਈ 1955 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਚੇਅਰਮੈਨ ਕੌਣ ਨੇ ਦਿਨੇਸ਼ ਕੁਮਾਰ ਧਾਰਾ ਨੈਕਸਟ ਕੁਐਸਚਨ ਭਾਰਤ ਅਤੇ ਕਿਸ ਦੇਸ਼ ਨੇ ਸਟਾਰਟਅੱਪਸ ਨੂੰ ਸਮਰਥਨ ਦੇਣ ਦੇ ਲਈ ਸਾਂਝੇ ਤੌਰ ਤੇ 150 ਮਿਲੀਅਨ ਡਾਲਰ ਫੰਡ ਬਣਾਇਆ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਯੂਏਈ ਜਾਨੀ ਕਿ ਯੂਨਾਈਟਿਡ ਨੇਸ਼ਨ ਅਮਾਇਰਟਸ ਯੂਨਾਈਟਿਡ ਨੇਸ਼ਨ ਅਮਾਇਰਟਸ ਜਾਨੀ ਕਿ ਹਾਂਜੀ ਦੇਖੋ ਹੁਣ ਆ ਭਾਰਤ ਅਤੇ ਯੂਏਈ ਨੇ ਸਟਾਰਟਅੱਪਸ ਨੂੰ ਸਮਰਥਨ ਦੇਣ ਦੇ ਲਈ ਇੱਕ ਸਾਂਝੇ ਤੌਰ ਤੇ ਫੰਡ ਬਣਾਇਆ ਵਾ ਕਿੰਨਾ ਬਣਾਇਆ ਵਾ 150 ਮਿਲੀਅਨ ਡਾਲਰ ਦਾ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਯੂਏਈ ਦੀ ਤਾਂ ਜਾਨੀ ਕਿ ਇਹਦੀ ਕੈਪੀਟਲ ਕਿਹਾ ਅਬੂਦਾਬੀ ਆ ਇਥੋਂ ਦੀ ਕਰੰਸੀ ਹੈ ਯੂਏਈ ਹੀ ਦਿਰਹਮ ਨੈਕਸਟ ਕੁਐਸਚਨ ਹੈ ਜੀ ਗਾਂਧੀ ਮੰਦਰਮ ਸਮਿਰਤੀ ਵਨਮ ਯਾਦ ਰੱਖਣਾ ਗਾਂਧੀ ਮੰਦਿਰਮ ਸਮ੍ਰਿਤੀ ਬਨਮ ਪਹਿਲਾਂ ਤਾਂ ਦੇਖੋ ਦਾ ਮਤਲਬ ਕੀ ਹੈ ਇਹਦੇ ਵਿੱਚ ਕੀ ਆ ਕਿ ਇੱਕ ਗਾਂਧੀ ਜੀ ਦੀ ਮੂਰਤੀ ਲਗਾਈ ਗਈ ਹੈ ਤੇ ਜੋ ਵੀ ਸੁਤੰਤਰਤਾ ਸੰਾਨੀ ਸੀ ਉਹਨਾਂ ਦੀਆਂ ਵੀ ਮੂਰਤੀਆਂ ਲਗਾਈਆਂ ਗਈਆਂ ਨੇ ਹੁਣ ਦੇਖੋ ਅੱਗੇ ਅਸੀਂ ਕੁਐਸਚਨ ਰੀਡ ਕਰਦੇ ਹਾਂ ਗਾਂਧੀ ਮੰਦਿਰਮ ਸਮ੍ਰਿਤੀ ਬਨਮ ਦਾ ਨਿਰਮਾਣ ਕਿਸ ਰਾਜ ਦੇ ਸ਼੍ਰੀਕਾ ਕੁਲਮ ਦੇ ਵਿੱਚ ਕੀਤਾ ਗਿਆ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਰਾਜ ਦੇ ਵਿੱਚ ਗਾਂਧੀ ਮੰਦਿਰਮ ਸਮ੍ਰਿਤੀ ਬਨਮ ਦਾ ਨਿਰਮਾਣ ਕੀਤਾ ਗਿਆ ਹੈ ਠੀਕ ਹੈ ਹੁਣ ਆਂਧਰਾ ਪ੍ਰਦੇਸ਼ ਦੇ ਵਿੱਚ ਕੀਤਾ ਗਿਆ ਹੈ ਤਾਂ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣ ਆਂਧਰਾ ਪ੍ਰਦੇਸ਼ ਦੀ ਕੈਪੀਟਲ ਆ ਅਮਰਾਬਤੀ ਇੱਥੋਂ ਦੇ ਚੀਫ ਮਿਨਿਸਟਰ ਆ ਜਗਨ ਮੋਹਨ ਰੈਡੀ ਤੇ ਇੱਥੋਂ ਦੇ ਗਵਰਨਰ ਆ ਵਿਸ਼ੂ ਪੂਸ਼ਣ ਹਰੀ ਚੰਦਰਨ ਫਲਾਂ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਆਂਧਰਾ ਪ੍ਰਦੇਸ਼ ਭਾਸ਼ਾ ਦੇ ਆਧਾਰ ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਵਿੱਚ ਕੋਲੇਰੂ ਲੈਕਾ ਪੁਲਿਕਟ ਲੈਕਾ ਪਾਪੀਕੁੰਡਾ ਨੈਸ਼ਨਲ ਪਾਰਕਾ ਸਰੀ ਬਕਟੇਸ਼ਵਰ ਨੈਸ਼ਨਲ ਪਾਰਕਾ ਇਹਨਾਂ ਤੁਸੀਂ ਯਾਦ ਰੱਖਣਾ ਆਂਧਰਾ ਪ੍ਰਦੇਸ਼ ਦੇ ਬਾਰੇ ਨੈਕਸਟ ਕੁਐਸ਼ਨ ਵਿਸ਼ਵ ਜਲ ਭੂਮੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਵਿਸ਼ਵ ਜਲ ਭੂਮੀ ਦਿਵਸ ਇਹ ਕਦੋਂ ਮਨਾਇਆ ਗਿਆ ਹੈ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B 2 ਫਰਵਰੀ ਨੂੰ ਕਿਉਂ ਮਨਾਇਆ ਜਾਂਦਾ ਵਾ ਲੋਕਾਂ ਅਤੇ ਸਾਡੇ ਗ੍ਰਹਿ ਦੇ ਲਈ ਵਿਸ਼ਵ ਜਲ ਭੂਮੀ ਨੇ ਜੋ ਵੀ ਭੂਮਿਕਾ ਆਪਣੀ ਨਿਭਾਈ ਆ ਉਸ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 2 ਫਰਵਰੀ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੁਣ 1 ਫਰਵਰੀ ਦੇ ਡੇ ਸਟਾਰਟ ਹੋ ਗਏ ਆ ਜਨਵਰੀ ਦੇ ਡੇ ਸਾਡੇ ਖਤਮ ਹੋ ਗਏ ਆ ਠੀਕ ਹੈ ਫਰਵਰੀ ਮੰਥ ਸਟਾਰਟ ਹੋ ਗਿਆ ਇਹ ਤਾਂ ਅਸੀਂ ਕੀ ਕਰਨਾ ਹੁਣ ਫਰਵਰੀ ਦੇ ਮੰਥ ਲਈ ਤੁਸੀਂ ਅਲੱਗ ਤੋਂ ਪੇਜ ਲਗਾ ਲਓ ਉਹਦੇ ਤੇ ਜਿੰਨੇ ਵੀ ਫਰਵਰੀ ਦੇ ਡੇ ਆ ਉਹਨਾਂ ਨੂੰ ਸਾਰਿਆਂ ਨੂੰ ਨੋਟ ਕਰਦੇ ਜਾਓ ਨਾਲ ਦੀ ਨਾਲ ਠੀਕ ਹੈ ਜਿਹੜੇ ਵੀ ਡੇ ਆ ਉਹਨਾਂ ਨੂੰ ਨੋਟ ਕਰਦੇ ਜਾਓ ਕਿਉਂਕਿ ਇਹ ਇੰਪੋਰਟੈਂਟ ਆ ਤੁਹਾਡੇ ਲਈ ਤੇ ਇਸ ਤੋਂ ਬੈਸਤ ਤਰੀਕਾ ਕੋਈ ਨਹੀਂ ਕਿ ਤੁਸੀਂ ਇੱਕ ਡੇ ਜਦੋਂ ਨੋਟ ਕਰੋਗੇ ਤਾਂ ਵੀਡੀਓ ਨੂੰ ਰੁਕ ਕੇ ਨਾਲ ਹੀ ਨਾਲ ਪਿਛਲੇ ਡੇ ਵੀ ਰਿਵਾਈਜ਼ ਕਰਦੇ ਜਾਣਾ ਜਿੱਦਾਂ ਅਸੀਂ 1 ਫਰਵਰੀ ਨੂੰ ਕਿਹੜਾ ਡੇ ਬਣਾਇਆ ਸੀਗਾ ਭਾਰਤੀ ਤੱਟ ਰੱਖਿਆਕ ਦਿਵਸ ਯਾਨੀ ਕਿ ਇੰਡੀਅਨ ਕੋਸਟ ਗਾਰਡ ਡੇ ਠੀਕ ਹੈ ਸਥਾਪਨਾ ਦਿਵਸ ਸੀਗਾ ਇਹ ਭਾਰਤੀ ਤੱਟ ਰੱਖਿਆਕ ਦਿਵਸ ਯਾਨੀ ਕਿ 1 ਫਰਵਰੀ ਨੂੰ ਸਥਾਪਨਾ ਹੋਈ ਸੀ ਭਾਰਤੀ ਤੱਟ ਰੱਖਿਆਕ ਦੀ 1 ਫਰਵਰੀ 1997 ਦੇ ਵਿੱਚ ਹੋਈ ਸੀ ਇਹ ਵੀ ਤੁਸੀਂ ਯਾਦ ਰੱਖਣਾ ਤੇ ਇਸ ਵਾਰ ਕਿੰਨਵਾ ਬਣਾਇਆ ਗਿਆ ਵਾ ਮੈਂ ਕੱਲ ਤੁਹਾਨੂੰ ਦੱਸਿਆ ਸੀ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਕਿਹੜੀ ਰਾਜ ਸਰਕਾਰ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਲਈ ਰੇਟਿੰਗ ਸਕੋਰ ਲਾਗੂ ਕਰੇਗੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਕੇਰਲ ਕੇਰਲ ਰਾਜ ਸਰਕਾਰ ਜਿਹੜੇ ਹਾਂਜੀ ਕੇਂਦਰ ਰਾਜ ਸਰਕਾਰ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਦੇ ਲਈ ਰੇਟਿੰਗ ਸਕੋਰ ਲਾਗੂ ਕਰੇਗੀ ਉਹਨਾਂ ਦੇ ਲਈ ਜਿਹੜੇ ਟੈਕਸ ਸਮੇਂ ਸਿਰ ਪੇ ਕਰਦੇ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਕੇਰਲ ਸਰਕਾਰ ਕਰੇਗੀ ਤਾਂ ਕੇਰਲ ਦੀ ਕੈਪੀਟਲ ਕੀ ਹੈ ਤ੍ਰਿੰਵੰਤਮਪੁਰ ਇਥੋਂ ਦੇ ਚੀਫ ਮਿਨਿਸਟਰ ਆਪਨ ਰਈ ਵਿਜ਼ੀਅਮ ਇਥੋਂ ਦੇ ਗਵਰਨਰ ਆ ਆਰ ਐਫ ਮੁਹੰਮਦ ਖਾਨ ਆਰ ਐਫ ਮੁਹੰਮਦ ਖਾਨ ਨੇ ਹੀ ਕੁੰਬਲਾਂਗੀ ਪਿੰਡ ਨੂੰ ਭਾਰਤ ਦਾ ਪਹਿਲਾ ਸੈਨੀਟਰੀ ਨੈਪਕਿਨ ਪਿੰਡ ਮੁਕਤ ਘੋਸ਼ਿਤ ਕੀਤਾ ਵਾ ਐਸ ਡੀਜੀ ਇੰਡੈਕਸ ਦੇ ਵਿੱਚ ਕੇਰਲ ਟੌਪ ਤੇ ਆ ਤਿਰੰਗਾ ਪਹਿਲ ਕੇਰਲ ਦੇ ਵਿੱਚ ਸ਼ੁਰੂ ਹੋਈ ਇਹ ਰੈਪਿਡ ਸਕਰੀਨਿੰਗ ਦੇ ਲਈ ਆ ਪਦਮ ਸਹਿਲੀ ਦੇ ਪੁਰਸਕਾਰ ਸਥਾਪਿਤ ਕਰਨ ਦੀ ਘੋਸ਼ਣਾ ਕੇਰਲ ਦੇ ਵਿੱਚ ਹੋਈ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਘੋਸ਼ਣਾ ਅਸਮ ਰਾਜ ਸਰਕਾਰ ਵੀ ਕਰ ਚੁੱਕੀ ਆ ਪਰਿਵਰਤਨ ਯੋਜਨਾ ਦੇ ਵਿੱਚ مشਵਾਰਿਆਂ ਦੇ ਲਈ ਸ਼ੁਰੂ ਕੀਤੀ ਗਈ ਆ ਕੇਰਲ ਦੇ ਵਿੱਚ ਕੇਰਲ ਦੇ ਵਿੱਚ ਅਨਾਈਮੂਡੀ 16 ਨੈਸ਼ਨਲ ਪਾਰਕਾ ਮੱਤੀਕੇਤਨ 16 ਨੈਸ਼ਨਲ ਪਾਰਕਾ ਸਾਇਲੈਂਟ ਵੈਲੀ ਨੈਸ਼ਨਲ ਪਾਰਕਾ ਪਵਡਮ 16 ਨੈਸ਼ਨਲ ਪਾਰਕਾ ਐਰਵੀ ਗੁੱਲਮ ਨੈਸ਼ਨਲ ਪਾਰਕਾ ਪੈਰੀਆਰ ਨੈਸ਼ਨਲ ਪਾਰਕਾ ਇਹਨਾਂ ਤੁਸੀਂ ਯਾਦ ਰੱਖਣਾ ਕੇਰਲ ਦੇ ਬਾਰੇ ਨੈਕਸਟ ਕੁਐਸਚਨ ਕਿਸ ਨੂੰ ਡੀਆਰ ਡੀਐਲ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਡੀ ਆਰ ਡੀ ਐਡੀ ਆਰ ਡੀਓਡੀ ਲੈਬਰਾਟਰੀਆ ਠੀਕ ਹੈ ਇਹ ਡੀ ਆਰ ਡੀਓਡੀ ਲੈਬਰਾਟਰੀਆ ਤੇ ਇਹਦੇ ਵਿੱਚ ਹੁਣ ਦੇਖੋ ਡੀ ਆਰ ਡੀ ਐਲ ਦੀ ਫੁੱਲ ਫਾਰਮ ਦੇਖ ਲਓ ਸਭ ਤੋਂ ਪਹਿਲਾਂ ਤਾਂ ਤੁਸੀਂ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬਰਾਟਰੀ ਇਹਦੇ ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਇਹਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਆ ਜੀ ਇਹ ਸ਼੍ਰੀ ਨਿਵਾਸਾ ਮੂਰਤੀ অপਸ਼ਨ ਨੰਬਰ ਬੀ ਇਜ਼ ਦਾ রাইਟ ਆਂਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ